ਘਰਦਿਆਂ ਦੀ ਘਰ ਤੋਂ ਬਾਹਰ ਪੈਰ ਰੱਖਿਆ ਤੇ ਤੁਸੀਂ ਇੰਨੀ ਤਕਲੀਫ ਕਿਉਂ ਕੀਤੀ? ਸੁਣੀਏ, ਜੋ ਤੇਰਾ ਉਹ ਮੇਰਾ। ਮੈਂ ਸੋਚਿਆ ਅੱਜ ਤੈਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕਰਾਂ। ਤੁਸੀਂ ਵੀ ਬਿਲਕੁਲ ਬੱਚਿਆਂ ਵਾਂਗੂ ਕਰ ਰਹੇ ਹੋ। ਸੁਣੀਏ, ਆਦਮੀ ਬੁੱਢਾ ਹੋ ਜਾਂਦਾ ਹੈ ਪਰ ਉਸ ਦੇ ਅਰਮਾਨ ਹਮੇਸ਼ਾ ਤੜਕਦੇ ਰਹਿੰਦੇ ਨੇ, ਹਮੇਸ਼ਾ ਜ਼ਿੰਦੇ ਰਹਿੰਦੇ ਨੇ। ਜੇ ਆਦਮੀ ਦੇ ਅਰਮਾਨ ਹੀ ਮਰ ਗਏ ਤਾਂ ਸਮਝੋ ਆਦਮੀ ਮਰ ਗਿਆ। ਏਦਾਂ ਦੀਆਂ ਗੱਲਾਂ ਨਾ ਕਰੋ ਜੀ, ਅੱਜ ਤਾਂ ਸਿਰਫ ਪਿਆਰ ਦੀ ਗੱਲ ਕਰੋ। ਸੁਣੀਏ, ਮੇਰਾ ਦਿਲ ਕਰਦਾ ਹੈ ਕਿ ਤੈਨੂੰ ਲੈ ਕੇ ਕਿਤੇ ਦੂਰ ਤੁਰ ਜਾਵਾਂ, ਇਹ ਸਾਰੇ ਦੁੱਖ ਤੇ ਤਕਲੀਫ ਸਭ ਇੱਥੇ ਛੱਡ ਕੇ। ਤੁਸੀਂ ਆਪਣੇ ਸਾਰੇ ਦੁੱਖ ਤਕਲੀਫ ਮੇਰੀ ਝੋਲੀ ਵਿੱਚ ਭਰ ਦਿਓ ਤੇ ਤੁਸੀਂ ਤੇ ਹਮੇਸ਼ਾ ਖੁਸ਼ ਰਿਹਾ ਕਰੋ। ਇਸ ਤਰ੍ਹਾਂ ਕਦੇ ਹੁੰਦਾ? ਸੁਣੀਏ, ਹਰ ਆਦਮੀ ਨੂੰ ਆਪਣੇ ਹਿੱਸੇ ਦੇ ਦੁੱਖ ਤੇ ਤਕਲੀਫ ਆਪੇ ਹੀ ਭੋਗਣੇ ਪੈਂਦੇ ਨੇ। ਅੱਜ ਤੇ ਸਾਡੇ ਸਾਰੇ ਦੁੱਖ ਤਕਲੀਫ ਸਾਂਝੇ ਹੋਏ। ਹਾਂ ਸੁਣੀਏ। ਅੱਛਾ, ਕੱਲ ਜਸਬੀਰ ਨੇ ਕੋਈ ਪਾਗਲਪਨ ਤੇ ਨਹੀਂ ਕੀਤਾ? ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਅੱਜ ਕੱਲ ਸੁਣੀਏ, ਉਹ ਮੇਰਾ ਬਾਪ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਨਹੀਂ ਜਾਣਦਾ ਕਿ ਅਸਲ ਵਿੱਚ ਉਹਦਾ ਬਾਪ ਮੈਂ ਹੀ ਹਾਂ। ਪਰ ਘਰ ਵਿੱਚ ਥੋੜਾ ਬਹੁਤ ਤਾਂ ਕਲੇਸ਼ ਹੋਇਆ ਹੋਣਾ ਨਾ? ਇਹ ਤੇ ਮੈਂ ਨਹੀਂ ਚਾਹੁੰਦਾ ਸੁਣੀਏ, ਬਸ ਇੱਕ ਵਾਰੀ ਵਿਮੂ ਦਾ ਵਿਆਹ ਹੋ ਜਾਵੇ ਫਿਰ ਮੈਂ ਤੇਰੇ ਤੇ ਆਪਣੇ ਰਿਸ਼ਤੇ ਦੇ ਬਾਰੇ ਸਭ ਨੂੰ ਦੱਸ ਦੇਵਾਂਗਾ। ਪਰ ਉਦੋਂ ਤੱਕ ਤੈਨੂੰ ਇਹ ਸਭ ਸੰਭਾਲਣਾ ਪਏਗਾ। ਸੰਭਾਲੇਂਗੀ ਨਾ? ਹਾਂ ਜੀ, ਸੰਭਾਲਾਂਗੀ। ਹੈਂ ਸੁਨੀਤਾ, ਇਹ ਅੱਜ ਕੱਲ੍ਹ ਤੇਰੇ ਘਰ ਦੀ ਘੰਟੀ ਬੜੀ ਵੱਜਦੀ ਰਹਿੰਦੀ ਹੈ, ਇਹ ਕੌਣ ਹੈ? ਮਾਂ ਦਾ ਦੀਨਾ ਹੈ। ਤੁਸੀਂ ਬੈਠੋ, ਮੈਂ ਹੁਣੇ ਦੇਖ ਕੇ। ਭੈਣ ਜੀ ਤੁਸੀਂ ਆਓ ਨਾ, ਅੰਦਰ ਆਓ। ਸੁਨੀਤਾ, ਤੂੰ ਤਾਂ ਵੀਰ ਵੋਟੀ ਬਣੀ ਖੜੀ। ਇਹ ਲਹਿੰਗਾ, ਸੰਦੂਰ, ਬਿੰਦੀ, ਗਹਿਣੇ? ਜੀ ਮੈਂ ਵਿਆਹ ਕਰ ਲਿੱਤਾ। ਹਾਂ, ਕਿਹਦੇ ਨਾਲ? ਸੋਹਣ ਲਾਲ ਜੀ ਨਾਲ। ਦੁਨੀਆ ਦੇ ਹੋਰ ਤਾਨੇ ਸਹਿਣ ਦੀ ਹਿੰਮਤ ਨਹੀਂ ਸੀ ਮੇਰੇ ਵਿੱਚ। ਲੋਕ ਸਾਡੇ ਰਿਸ਼ਤੇ ਨੂੰ ਲੈ ਕੇ ਉਂਗਲੀ ਉਠਾਉਂਦੇ, ਉਸ ਤੋਂ ਪਹਿਲੇ ਮੈਂ ਇੱਕ ਨਾਂ ਦੇ ਦਿੱਤਾ ਇਸ ਰਿਸ਼ਤੇ ਨੂੰ। ਹੁਣ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਨਾ? ਸੁਨੀਤਾ, ਉਸ ਦਿਨ ਪਤਾ ਨਹੀਂ ਮੈਂ ਤੈਨੂੰ ਗੁੱਸੇ 'ਚ ਕੀ ਕਹਿ ਗਈ। ਮੈਂ ਉਹਦੀ ਮਾਫ਼ੀ ਮੰਗਣ ਆਈ ਹਾਂ, ਤੂੰ ਨਹੀਂ ਜਾਣਦੀ। ਉਸ ਵੇਲੇ ਮੈਂ ਬੜੀ ਪਰੇਸ਼ਾਨ ਸੀ। ਮੈਨੂੰ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ। ਅੱਛਾ ਤੁਸੀਂ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ। ਨਹੀਂ ਨਹੀਂ, ਕੋਈ ਲੋੜ ਨਹੀਂ, ਮੈਂ ਜਿਹੜੀ ਤੇਰੇ ਨਾਲ ਗੱਲ ਕਰਨ ਆਈ ਹਾਂ ਨਾ ਉਹ ਕਰ ਲਵਾਂ ਫਿਰ ਮੈਂ ਚਲੀ ਜਾਣਾ। ਕੀ ਗੱਲ ਹੈ, ਮੈਨੂੰ ਦੱਸੋ ਭੈਣ ਜੀ। ਇੰਨਾ ਕੁਝ ਹੋ ਜਾਣ ਦੇ ਬਾਅਦ ਵੀ ਸੋਹਣ ਲਾਲ ਦਾ ਮੁੰਡਾ ਮੇਰੀ ਕੁੜੀ ਦਾ ਪਿੱਛਾ ਨਹੀਂ ਛੱਡਦਾ। ਫਿਰ ਮੈਂ ਚਾਹੁੰਦੀ ਹਾਂ ਤੂੰ ਸੋਹਣ ਲਾਲ ਨੂੰ ਸਮਝਾ, ਉਹਨੂੰ ਰੋਕ ਕੇ। ਹੁਣ ਤਾਂ ਤੇਰੇ ਲਈ ਹੋਰ ਵੀ ਸੌਖਾ ਹੋ ਗਿਆ, ਤੇ ਜੇ ਉਹਨੇ ਮੇਰੀ ਕੁੜੀ ਦਾ ਪਿੱਛਾ ਨਾ ਛੱਡਿਆ ਨਾ ਤੇ ਮੈਂ ਜ਼ਰੂਰ ਪੁਲਿਸ ਕੇਸ ਬਣਾ ਦੇ। ਓਏ 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 ਓਏ, ਸਦਕੇ ਜਾਵਾ ਓਏ, ਮੈਂ ਤੇਰੀ ਹਿੰਮਤ ਦੇ ਓਏ, ਹੁਣ ਤੂੰ ਥਾਣੇ ਜਾਸੇ ਤੇ ਸੋਹਣ ਲਾਲ ਦੇ ਪੁੱਤਰ ਨੂੰ ਕਹਿ ਜਾਸੇ। ਤੂੰ ਵੀ ਇੱਥੇ ਹੀ ਹੈ, ਚਲੋ ਚੰਗਾ ਹੀ ਹੋਇਆ। ਉਹ ਥਾਣੇ ਦਾ ਤੇਰਾ ਪੁੱਤ ਉਸੇ ਰਾਤ ਨੂੰ ਚਲੇ ਜਾਣਾ ਸੀ ਜਿੱਦਣ ਮੇਰੇ ਘਰ ਦੇ ਅੱਗੇ ਦਾਰੂ ਪੀ ਕੇ ਡਿੱਗਿਆ ਹੋਇਆ ਸੀ, ਪਰ ਮੈਨੂੰ ਬੱਚਾ ਸਮਝ ਕੇ ਉਹਦੇ ਤੇ ਤਰਸ ਆ ਗਿਆ। ਪਰ ਤੂੰ ਤੇ ਤੇਰੀ ਜਨਾਨੀ ਨੇ ਬੜੀ ਬੇਇੱਜ਼ਤੀ ਕੀਤੀ ਮੇਰੀ, ਉਹ ਵੀ ਮੇਰੇ ਘਰ ਆ ਕੇ। ਹੈ ਮੇਰੇ ਘਰ ਨੂੰ ਕੋਠਾ ਗਿਆ, ਧੰਦਾ ਕਰਾਉਣ ਵਾਲੀ ਮਾਂ ਗਿਆ। ਮੈਂ ਤੇ ਕਲੇਜੇ ਤੇ ਪੱਥਰ ਰੱਖ ਲਿਆ ਕਿਉਂਕਿ ਮੈਂ ਇੱਕ ਧੀ ਦੀ ਮਾਂ ਸੀ। ਤੂੰ ਵੀ ਰੱਬ ਦੇ ਕਹਿਰ ਤੋਂ ਡਰ, ਇੱਕ ਧੀ ਦਾ ਪਿਓ ਹੈ, ਆਪਣੇ ਪੁੱਤ ਨੂੰ ਕਹਿ ਮੇਰੀ ਧੀ ਦੀ ਜ਼ਿੰਦਗੀ ਤੋਂ ਦਫਾ ਹੋ ਜਾਏ, ਨਹੀਂ ਤੇ ਇਸ ਦੁਖਿਆਰੀ ਦੀ ਹਾਂ ਤੇਰੇ ਘਰ ਸੰਸਾਰ ਨੂੰ ਭੁੱਕ ਕੇ ਰੱਖ ਦੇਗੀ। ਉਸ ਹਰਾਮਜ਼ਾਦੇ ਨੂੰ ਵਾਪਸ ਕੰਮ 'ਤੇ ਬੁਲਾ ਕੇ ਮੈਨੂੰ ਕਿੰਨੀ ਬੇਇੱਜ਼ਤੀ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ।
मैं तेनों दस नहीं सकता। मैं तेरी मजबूरी समझदा हाँ हरबंस, परवीन की कहना सुना। कहना की है उन्हें, कहना कि इंतजार करो। मेरी समझ ही चैन नहीं आता कि होर किन्ना इंतजार करा। वो दफ्तर ही मेरे सामने आके खलो जाता है, मेरा गुस्सा बेकाबू हो जाता है। जदों वो मेरे सामने मुस्कुरांदा है ना, मैंने लगता है कि उसकी गिच्ची फड़ के मरोड़ दें, बाद जो होएगा वेख्या जाएगा। हैव पेशेंस सरबंस, हैव पेशेंस। मैनू वेख, उस कमीने का पुत्र मेरी बेटी नूं बरगला रहा है, लेकिन मैं कुछ भी नहीं कर सकता। क्यों नहीं कर सकता कुछ? गोली मरवा दे साले नूं। अजकल बहुत बंदे ऐसे है जिहड़े कि पैसा लेके आ काम करते हैं। नहीं हरबंस, ऐदा करके मैं सारी उम्र लिए अपनी बेटी की नज़र विच गिर जावांगा। तो फिर ट्रक चढ़वा दें वो थे। अजकल सड़कों पर बहुत एक्सीडेंट होते हैं। एक होर सही, बाद च कौन इनक्वायरी करता है कि किन्ने करवाया, क्यों करवाया, किदा करवाया, कोई नहीं पूछता मगरों। हरबंस, असली लोग सीधे साधे बिजनेसमैन हैं, असं इदा का काम नहीं कर सकते। जे एक बारी इस दलदल में अपना पैर रख देता ना, तो सारी जिंदगी नहीं निकल पाऊंगा। तो की करेगा तू? भेज देंगा अपनी बेटी नू उस कंगाल ते चोर दी औलाद दे नाल? नहीं, ऐदा तो कदे हो ही नहीं सकता। तो फिर की करेगा? फिलहाल तो लंदन भेज रहा पढ़ाई लई अपने साले को। ओ कुत्ते दा हड उन्हूं एवें छड़ देगा? खून का कुट पी के हाले तो ओदी MBA की पढ़ाई का इंतजाम करांगा मैं। वाह गोबिंद वाह, की हल लभे तू? फिलहाल होर कोई रास्ता नहीं उन्होंने दोनों अलग करने का। एक बार वो दोनों अलग हो गए ना, फिर सोचांगे कि असं की करना है। गोविंद, ऐ वो फोड़ा है जिहड़ी साडी खून पसीने नाल कमाई दौलत नाल चिमड़ गया है। जे असी इन्हां दे खात्मे का कोई बंदोबस्त ना किया ना, तो वेख ले गुड़ की एक एक रोड़ी की तरह यह साडी सारी दौलत नूं हड़प लैणगे ते सानूं कंगाल बना देणगे। अच्छा जस्सी, हुण मैं चलनी आ। मम्मी नूं बड़ी मुश्किल नाल धोखा दे के आई आ। पिंकी, तेथों दूर होण नूं दिल ही नहीं करता। डर लगता है किधरे तू दोबारा मेरे तो दूर ना हो जाए। जस्सी, मैनूं तो यकीन ही नहीं हो रहा कि तू मैनूं वापस मिल गया है। सच है पिंकी, साढ़े दोनों की नादानियां की वजह नाल जो गलतियां साढ़े को हुई उन्हां करके साढ़े दोनों च बहुत गलत फहमियां पैदा हो गई, तो हुण ओह दूर हो गई। जस्सी, तू मैनूं दोबारा छड्ड नहीं जावेगा? तैनूं भरोसा नहीं मेरे ते? नहीं, एहो जी कोई गल नहीं है, पर ठीक है, आज मैं तैनूं साबित कर देंगा कि मैं तैनूं कितना प्यार करना। चला। जस्सी, तू कितने जा रहा है? तू जरा सवाल ना कर, बैठ। पर मेरी गल सुनते सही। तैनूं मैं सब दस देंगा उत्थे चल के, तू बैठ। हेलो अजमेर सिंह जी, सत श्री अकाल जी। साडे बहुत बहुत चंगे भाग होणगे जी जे तुसीं साडी बेटी दे विआह विच शामिल होवो जी। हाँ जी हाँ जी, तुसीं हिंदुस्तान आण दा प्रोग्राम बनाओ जी, असीं उस हिसाब दे नाल विमो दी शादी दी तरीक भी पक्की कर लवांगे जी। हाँ जी, जदों दिल्ली विच आओगे जी, साडे घर ही रहण दा प्रोग्राम बनाना जी। हाँ जी हाँ जी जी। अच्छा जी, भरजाई जी नूं सत श्री अकाल जी, बाकी गल्लां फेर करांगे। हाँ जी हाँ जी, रिश्ते बल्ले 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 बल्ले, बहुत रिश्ते जी, बड़े रिश्ते हो जाएंगे। तुसी एक बार इत्थे आओ तो सही जी। चंगा जी, फोन रखना जी, सत श्री अकाल जी। हाय हाय जी, की क्या अज मेरे भाई साहब ने होया नाम चोगा पा दिता है, ते हुण पंछी उड़दा उड़दा आंदा पिया चोगा चुगन वास्ते। तेरा घर है पिंकी, तू मेरे मम्मी पापा नूं मिलना चाहती सी ना, आज मैं तेनू उन्हां नाल मिलान लिया। नहीं जसवीर नहीं, तू चल, तू मैनूं बहुत डर लग रहा है, तू वापस छड़ दे मैनूं। पिंकी डर नहीं, बहुत जल्दी ये घर तेरा होने वाला है, चला।
तेरी इन्नी हिम्मत बढ़ गई कि तू इस रूप कर भी लिया लगा। मम्मी मैं पिंकी तुम्हें मिलवा लिया। मां नाल तू बाद विच गल करी, पहला मेरे सवाल का जवाब दे। सवाल का जवाब तो यह है डैडी कि हले तुसी मेरी हिम्मत वेखी ही नहीं। जसी प्लीज चलो, ऐ तो मैनू बड़ा डर लग रही है। हाय 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 हाय, नखराते वेखो नखरेलो दा, दुनिया भर च रास रचा के मेरे पुत्र का सत्यानाश कर दिता, ते हुण नखरेलो कहंदी है मैनू बड़ा डर लग रहा है। ਉਹ ਨੀਚੇ ਨਰੀਏ, ਜੇ ਤੈਨੂੰ ਡਰ ਹੁੰਦਾ ਤਾਂ ਸਿਆਪਾ ਹੀ ਕਾਹਦਾ ਸੀ। ਤੂੰ ਚੁੱਪ ਕਰ ਹਰਨਾਮ, ਅੱਜ ਮੈਂ ਵੇਖ ਹੀ ਲਵਾਂ ਕਿ ਆਖਿਰ ਇਹ ਤੇਰਾ ਨਵਾਬ ਜ਼ਿਆਦਾ ਚਾਹੁੰਦਾ ਕੀ ਹੈ। ਹੱਥ ਚੁੱਕੇਗਾ ਤੂੰ ਮੇਰੇ ਉੱਤੇ, ਓਏ ਮਾਰੇਗਾ ਲੈ ਲੈ, ਮਾਰ ਮੈਨੂੰ ਮਾਰ ਮੈਨੂੰ ਮਾਰ ਮੈਨੂੰ ਮਾਰਦਾ ਕਿਉਂ ਨਹੀਂ? ਤੁਸੀਂ ਕੀ ਕਰ ਰਹੇ ਹੋ? ਅੱਜ ਸਾਰੀ ਦੁਨੀਆ ਵੇਖ ਲਵੇ ਕਿ ਸੋਹਣ ਲਾਲ ਨੇ ਕਿਹੋ ਜਿਹੀ ਔਲਾਦ ਜੰਮੀ ਹੈ। ਜੇ ਮੇਰੀ ਕਿਸਮਤ ਦੇ ਵਿੱਚ ਆਪਣੇ ਪੁੱਤ ਹੱਥੋਂ ਕੁੱਟੀ ਖਾਣੀ ਲਿਖੀ ਹੈ ਨਾ, ਤਾਂ ਕੁੱਟ ਮੈਨੂੰ, ਮਾਰ ਮੈਨੂੰ, ਕੁੱਟ ਮੈਨੂੰ। ਡੈਡੀ ਜੀ ਤੁਸੀਂ ਕੀ ਕਰ ਰਹੇ ਹੋ? ਡੈਡੀ ਪਲੀਜ਼। ਹਰਨਾਮ ਅੱਜ ਤੂੰ ਅੱਜ ਇਸ ਪੁੱਤਰ ਨੂੰ ਕਹਿ ਦੇ ਕਿ ਮਰ ਗਿਆ ਇਹਦਾ ਬਾਪ ਇਹਦੇ ਲਈ। ਡੈਡੀ ਜੀ ਇਹ ਕੀ ਕਹਿ ਰਹੇ ਹੋ? ਵੇਖ ਚੰਦਾ ਰਿਹਾ, ਆਖਿਰ ਤੂੰ ਚਾਹੁੰਦਾ ਕੀ ਹੈ? ਮੈਂ ਕੁਛ ਨਹੀਂ ਚਾਹੁੰਦਾ ਮੰਮੀ, ਮੈਂ ਤਾਂ ਸਿਰਫ ਪਿੰਕੀ ਨੂੰ ਤੁਹਾਨੂੰ ਮਿਲਵਾਉਣ ਲਈ ਆਇਆ ਸੀ। ਤੂੰ ਇਸ ਘਰ ਵਿੱਚ ਆਉਣਾ ਚਾਹੁੰਦੀ ਹੈ ਨਾ? ਆ ਸਕਦੀ ਹੈ? ਜਦ ਘਰ ਦਾ ਵਾਰਸ ਹੀ ਤੈਨੂੰ ਇੱਥੇ ਲਿਆਉਣਾ ਚਾਹੁੰਦਾ ਹੈ ਤਾਂ ਅਸੀਂ ਕੌਣ ਹੁੰਦੇ ਹਾਂ ਇਸ ਨੂੰ ਰੋਕਣ ਵਾਲੇ? ਪਰ ਇੱਕ ਗੱਲ ਯਾਦ ਰੱਖੀ, ਇਹ ਸੋਹਣ ਲਾਲ ਦਾ ਘਰ ਹੈ, ਸੋਹਣ ਲਾਲ ਦਾ, ਕਿਸੇ ਐਰੇ ਗਹਿਰੇ ਦਾ ਘਰ ਨਹੀਂ। ਮੇਰੇ ਜਿੰਦਿਆਂ ਜੀ ਤੂੰ ਇਸ ਘਰ ਦੇ ਵਿੱਚ ਪੈਰ ਨਹੀਂ ਪਾ ਸਕਦੀ। ਹਾਏ ਜੀ, ਇਹ ਕੀ ਕਹਿ ਰਹੇ ਹੋ ਤੁਸੀਂ? ਚੁੱਪ ਕਰ ਹਰਨਾਮ, ਤੂੰ ਇਸ ਘਰ ਦੇ ਵਿੱਚ ਆਉਣਾ ਚਾਹੁੰਦੀ ਹੈ ਨਾ, ਪਰ ਉਸ ਤੋਂ ਪਹਿਲਾਂ ਇਸ ਮਾਂ, ਇਸ ਭੈਣ ਤੇ ਇਸ ਬਾਪ ਦੀ ਛਾਤੀ ਦੇ ਉੱਤੇ ਪੈਰ ਧਰ ਕੇ ਤੈਨੂੰ ਟੱਪਣੀ ਪਏਗੀ। ਇਹ ਥੈਲੀ ਬੋਲ ਬੋਲ, ਮਨਜ਼ੂਰ ਹੈ ਤੈਨੂੰ? ਇਹ ਤੁਹਾਨੂੰ ਕੀ ਹੋ ਗਿਆ ਅੰਕਲ? ਤੁਸੀਂ ਤੇ ਮੇਰੇ ਸਿਰ ਤੇ ਹੱਥ ਧਰ ਕੇ ਮੇਰੀ ਮਦਦ ਕਰਨ ਦਾ ਵਾਅਦਾ ਕੀਤਾ ਸੀ ਨਾ? ਦਿਮਾਗ ਖਰਾਬ ਹੋ ਗਿਆ ਸੀ ਮੇਰਾ, ਮੈਨੂੰ ਨਹੀਂ ਸੀ ਪਤਾ ਕਿ ਮੇਰੇ ਘਰ ਨੂੰ ਬਾਲਣ ਵਾਸਤੇ ਤੂੰ ਮੇਰੇ ਘਰੋਂ ਅੱਗ ਲੈਣ ਆ ਗਈ ਹੈ। ਮੈਂ ਕਦੀ ਸੁਪਨੇ ਵਿੱਚ ਵੀ ਇਸ ਘਰ ਦਾ ਬੁਰਾ ਨਹੀਂ ਸੋਚ ਸਕਦੀ ਅੰਕਲ। ਹਾਂ ਇਹ ਸੱਚ ਹੈ, ਮੈਂ ਇਸ ਘਰ ਦੀ ਬਹੁ ਆਨੰਦ ਦਾ ਸੁਪਨਾ ਵੇਖਿਆ, ਪਰ ਤੁਹਾਨੂੰ ਦੁਖੀ ਕਰਕੇ ਮੈਂ ਸੁੱਖ ਨਹੀਂ ਪਾਉਣਾ ਚਾਹੁੰਦੀ ਅੰਕਲ। ਓ ਅੰਕਲ ਦੀ ਭਤੀਜੀ, ਜ਼ਿਆਦਾ ਚੱਬੜ ਚੱਬੜ ਨਾ ਕਰ, ਜੇ ਥੋੜੀ ਬਹੁਤ ਸ਼ਰਮ ਹੋਇਆ ਹੈ ਤਾਂ ਦਫਾ ਹੋ ਜਾਏ ਤੂੰ ਆਪਣਾ ਕਾਲਾ ਮੂੰਹ ਲੈ ਕੇ। ਆਂਟੀ ਤੁਸੀਂ ਵੀ ਦੇਖ ਬੇਟੀ ਦੀ ਮਾਂ ਹੋ, ਜਰਾ ਮੈਨੂੰ ਧਿਆਨ ਨਾਲ ਦੇਖੋ, ਮੈਂ ਤੁਹਾਡੇ ਮੁੰਡੇ ਨੂੰ ਪਿਆਰ ਕੀਤਾ, ਹੋਰ ਕਿੰਨੀ ਸਜ਼ਾ ਭੋਗਣੀ ਪਵੇਗੀ ਮੈਨੂੰ ਇਸ ਗੱਲ ਦੀ? ਮੇਰੀ ਖਾਤਰ ਨਾ ਸਹੀ, ਜਸਵੀਰ ਲਈ ਮੈਨੂੰ ਆਪਣੇ ਚਰਨਾਂ ਵਿੱਚ ਥੋੜੀ ਜਿਹੀ ਥਾਂ ਦੇ ਦੇ ਮੰਮੀ। ਹਾਏ ਹਾਏ ਨੀ ਬੇਸ਼ਰਮੇ, ਖਬਰਦਾਰ ਜੇ ਮੈਨੂੰ ਮੰਮੀ ਕਿਹਾ, ਸੁਣਿਆ ਨਹੀਂ ਵਿਮੋ ਦੇ ਡੈਡੀ ਨੇ ਕੀ ਕਿਹਾ? ਸਾਡੀ ਲਾਸ਼ ਤੇ ਪੈਰ ਧਰ ਕੇ ਅੰਦਰ ਆਏਗੀ ਤੂੰ, ਜੇ ਇਹ ਗੱਲ ਤੈਨੂੰ ਸਮਝ ਨਹੀਂ ਆਈ ਤਾਂ ਫਿਰ ਸਮਝਾਵਾਂ ਹੁਣ। ਪਿੰਕੀ ਇਹ ਤੁਸੀਂ ਠੀਕ ਨਹੀਂ ਕੀਤਾ ਮੰਮੀ। ਹਰਨਾਮ ਹੁਣ ਤੇਰਾ ਪੁੱਤਰ ਤੈਨੂੰ ਸਮਝਾਏਗਾ ਕਿ ਤੇਰੇ ਲਈ ਕੀ ਠੀਕ ਹੈ ਤੇ ਕੀ ਗਲਤ ਹੈ। ਤੁਸੀਂ ਥੋੜਾ ਸਬਰ ਕਰੋ, ਵੇਖਿਆ ਕਿੰਨੀ ਬਦਤਮੀਜ਼ ਕੁੜੀ ਹੈ? ਮੈਂ ਦੇਖ ਵੀ ਲਿਆ ਤੇ ਸਮਝ ਵੀ ਲਿਆ ਕਿ ਕੌਣ ਕਿੰਨਾ ਬਦਤਮੀਜ਼ ਹੈ। ਜਸੀ ਹਾਏ ਜੀ ਰੋਕੋ ਉਹਨੂੰ। ਹਰਨਾਮ ਹੁਣ ਗੱਲ ਬਹੁਤ ਉਲਝ ਗਈ ਹੈ, ਇਹ ਸਾਡੀਆਂ ਸੁਲਝਾਇਆਂ ਨਹੀਂ ਸੁਲਝਣ ਲੱਗੀ, ਨਹੀਂ ਸੁਲਝਣ ਲੱਗੀ। ਬਾਲ ਦੀਆਂ ਦੀਵੇ ਮਾਵਾਂ ਸੱਖਣੇ ਬਨੇਰੇ ਨੇ।
ਦੇਖ ਰਹੇ ਹੋ ਰੰਗ ਪੰਜਾਬੀ।